ਬੱਚੇ ਬੂਟਿਆਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ, ਸਾਰੇ ਖਾਨਦਾਨ ਦਾਨਾ ਚਮਕੇ ਧੀ ਵੱਧ ਤੋਂ ਵੱਧ ਪੜ੍ਹਾਈ ਦੀ। ਇਹਨਾਂ ਤੁਹਾਨੂੰ ਲੱਗਦਾ ਕਿ ਇਹਨਾਂ ਸਤਰਾਂ ਵਾਲੇ ਨਾਲ ਬੋਲਾਂ ਵੱਲ ਅਮਲ ਕੀਤਾ ਜਾਂਦਾ ਕਿ ਮਾਂ ਦੀ ਗੱਲ ਨਹੀਂ ਕੱਢੀ ਜਾ ਰਹੀ, ਧੀ ਨੂੰ ਮਾੜਾ ਨਹੀਂ ਬੋਲਿਆ ਜਾ? ਸਵੇਰੇ ਹੀ ਮੈਂ ਖਬਰ ਪੜ੍ਹ ਕੇ ਆਇਆ ਕਿ ਦੀ ਵਿਕਟਮ ਕੁੜੀ ਆ, ਉਹ ਦਰ ਦਰ ਦੀਆਂ ਠੋਕਰਾਂ ਸਾਰੇ ਪੁਲਿਸ ਦੀਆਂ ਸਾਰੇ ਕੋਰਟ ਦੀਆਂ ਖਾ ਕੇ ਉਹਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਉਹਨੇ ਅੱਗ ਲਗਾ ਕੇ ਸੁਸਾਈਡ ਕਰ ਲਿਆ। ਹੈ ਨਾ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਾਦਸ਼ਾਹ ਨੂੰ ਕਹਿਣ, ਲੱਖਾਂ ਨਿਰਪਾਇਆ ਆ ਕਿ ਇੱਕ 17 ਸਾਲ ਦੀ ਕੁੜੀ ਦੀ ਪਿੰਡ 'ਚ ਬੋਲੀ ਲੱਗ ਰਹੀ ਆ, ਅਤੇ ਮੈਂ ਭਾਵਕ ਹੋ ਜਾਂਦਾ ਇੱਦਾਂ ਦੀ ਗੱਲ ਕਰਕੇ। 20 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਦੇ ਬੰਦੇ ਉਹਦੀ ਬੋਲੀ ਲਾ ਰਹੇ ਆ ਉਹਨੂੰ ਖਰੀਦਣ ਲਈ। ਹੈ ਨਾ, ਤੁਹਾਨੂੰ ਰੱਬ ਨੇ ਏਡੀ ਵੱਡੀ ਕੁਰਸੀ ਦਿੱਤੀ ਆ, ਕੋਈ ਪੁੰਨ ਖੱਟ ਜਾਓ, ਕੋਈ ਚੰਗਾ ਕੰਮ ਕਰੋ। ਗੁਰੂ ਨਾਨਕ ਦੇਵ ਜੀ ਨੂੰ ਕਿਉਂ ਕਹਿਣਾ ਪਿਆ ਹੈ ਨਾ ਵੀ ਸੋ ਕਿਉਂ ਮੰਦਾ ਆਖੀਏ, ਉਹਨਾਂ ਨੇ ਰੋਏ ਹੋਣਗੇ, ਉਹਨਾਂ ਨੇ ਦੇਖਿਆ ਹੋਏਗਾ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ। ਧੀਆਂ ਨੂੰ ਜਿੱਥੇ ਮਾਣ ਸਨਮਾਨ ਦੇਣ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਸਤਿਕਾਰਨ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਹੀ ਸਾਡੀ ਪੰਜਾਬੀ ਇੰਡਸਟਰੀ ਦੇ ਸਿੰਗਰ ਜਿਹੜੇ ਨੇ, ਜਿਹੜੇ ਦਿੱਗਜ ਕਲਾਕਾਰ ਨੇ ਜਾਂ ਦਿੱਗਜ ਸਿੰਗਰਸ ਨੇ, ਜੇ ਗੱਲ ਉਹਨਾਂ ਦੇ ਗੀਤਾਂ ਦੀ ਕਰੀਏ, ਉਹਨਾਂ ਦੇ ਬੋਲਾਂ ਦੀ ਕਰੀਏ, ਤਾਂ ਬੜੀ ਹੀ ਖੂਬਸੂਰਤ ਗਾਇਕੀ ਦੇ ਨਾਲ, ਗੀਤਕਾਰੀ ਦੇ ਨਾਲ ਧੀਆਂ ਦਾ ਸਨਮਾਨ ਜਿਹੜਾ ਗੀਤਾਂ ਦੇ ਵਿੱਚ ਵੀ ਦਿਖਾਈ ਦਿੰਦਾ। ਅਤੇ ਅੱਜ ਜਿੱਥੇ 1100 ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ, ਉੱਥੇ ਹੀ ਸਾਡੇ ਨਾਲ ਇਸ ਸਮਾਗਮ ਦੇ ਵਿੱਚ 4 ਚੰਨ ਲਾਉਣ ਦੇ ਲਈ ਮਨਮੋਹਨ ਵਾਰਿਸ ਜੀ ਮੌਜੂਦ ਨੇ, ਕਿਉਂਕਿ ਤੁਹਾਡੇ ਮਕਬੂਲ ਗੀਤ ਜਾਂ ਤੁਹਾਡੇ ਜਿਹੜੇ ਫੈਨਸ ਨੇ ਹਮੇਸ਼ਾ ਹੀ ਤੁਹਾਡੇ ਤੋਂ ਕੋਈ ਨਾ ਕੋਈ ਉਮੀਦ ਲਗਾ ਕੇ ਬੈਠੇ ਹੁੰਦੇ ਨੇ ਕਿ ਕੋਈ ਓਕੇਜ਼ਨ ਆਏ ਅਤੇ ਵਾਰਿਸ ਸਾਹਿਬ ਕੁਛ ਨਾ ਕੁਛ ਸੁਣਾ ਦੇਣ। ਸਭ ਤੋਂ ਪਹਿਲਾਂ ਤਾਂ ਅੱਜ ਤੁਹਾਡਾ ਗੀਤ ਹੀ ਸੁਣਾਂਗੇ। ਸਭ ਤੋਂ ਪਹਿਲਾਂ ਇੱਦਾਂ ਹੀ ਸ਼ੁਰੂ ਕਰਨਾ, ਬੱਚੇ ਬੂਟਿਆਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈ ਦੀ, ਸਾਰੇ ਖਾਨਦਾਨ ਦਾਨਾ ਚਮਕੇ ਧੀ ਵੱਧ ਤੋਂ ਵੱਧ ਪੜ੍ਹਾਈ ਦੀ, ਧੀ ਪੁੱਤ ਵਿੱਚ ਫਰਕ ਨਹੀਂ ਰੱਖੀਦਾ, ਡੱਬਾ ਚੂਰੀ ਦਾ ਜਦ ਖੋਲੀ ਦਾ, ਨਾ ਕੱਢੀਏ ਨਾ ਕੱਢੀਏ ਮਾਂ ਦੀ ਗਾਲ ਕਦੇ, ਨਾ ਧੀ ਨੂੰ ਮਾੜਾ ਬੋਲੀਦਾ। ਇਹਨਾਂ ਗੀਤਾਂ ਨੂੰ ਜਿੰਨਾ ਪਿਆਰ ਦਿੱਤਾ ਜਾਂਦਾ ਨਾ, ਮੈਨੂੰ ਲੱਗਦਾ ਤੁਹਾਡੇ ਲਈ ਤਾਂ ਓਨਾ ਹੀ ਘੱਟ ਹੋਣਾ, ਕਿਉਂਕਿ ਜਨਤਾ ਇੰਨਾ ਤੁਹਾਨੂੰ ਪਿਆਰ ਕਰਦੀ ਹੈ ਤੁਹਾਡੀ ਗੀਤਕਾਰੀ ਨੂੰ, ਗਾਇਕਾਂ ਨੂੰ। ਪਰ ਇਹਨਾਂ ਤੁਹਾਨੂੰ ਲੱਗਦਾ ਕਿ ਇਹਨਾਂ ਸਤਰਾਂ ਵਾਲੇ ਨਾਲ ਬੋਲਾਂ ਵੱਲ ਅਮਲ ਕੀਤਾ ਜਾਂਦਾ ਕਿ ਮਾਂ ਦੀ ਗੱਲ ਨਹੀਂ ਕੱਢੀ ਜਾ ਰਹੀ, ਧੀ ਨੂੰ ਮਾੜਾ ਨਹੀਂ ਬੋਲਿਆ ਜਾ ਰਿਹਾ? ਇੱਦਾਂ ਆ, ਅਮਲ ਦੀ ਗੱਲ ਇਹ ਆ ਕਿ ਜੋ ਕੁਛ ਵਧੀਆ ਹੁੰਦਾ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਅਤੇ ਜੋ ਕੁਛ ਮਾੜਾ ਹੋ ਰਿਹਾ ਉਹਦੇ 'ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਹੀ ਇੱਕ ਆਰਟਿਸਟ ਦਾ ਫਰਜ਼ ਹੈ, ਨਾ ਕਿ ਜੋ ਕੁਛ ਮਾੜਾ ਹੋ ਰਿਹਾ ਉਹਨੂੰ ਪ੍ਰਫੁੱਲਿਤ ਕਰੇ, ਉਹਨੂੰ ਕਹੇ ਕਿ ਜੋ ਕੁਛ ਮਾੜਾ ਹੁੰਦਾ ਅਸੀਂ ਵੀ ਇੱਦਾਂ ਹੀ ਕਰੀ ਦੀ ਆ। ਹੈ ਨਾ, ਫਿਰ ਉਹ ਕਰਾਹੇ ਪੈ ਗਈ। ਹੈ ਨਾ, ਚੀਜ਼ ਪਰਮਾਤਮਾ ਨੇ ਸਾਨੂੰ ਆਵਾਜ਼ ਦਿੱਤੀ ਹੈ, ਆਵਾਜ਼ 'ਚ ਅਸਰ ਦਿੱਤਾ, ਜਦੋਂ ਗੱਲ ਕਰਦੇ ਹਾਂ ਲੋਕਾਂ 'ਤੇ ਅਸਰ ਹੁੰਦਾ, ਤਾਂ ਕਿਉਂ ਨਾ ਆਪਾਂ ਕੋਈ ਇੱਦਾਂ ਦੀ ਗੱਲ ਕਰੀਏ ਜਿਹਦੇ ਨਾਲ ਸਮਾਜ ਹੋਰ ਸੋਹਣਾ ਹੋਵੇ। ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰੂੰਗਾ ਜੇ ਜਿਹੜੀ ਧੀਆਂ ਦੀ ਲੋਹੜੀ ਆ, ਇਹ ਪਿੰਦੂ ਜੌਲ ਮੇਰੇ ਛੋਟੇ ਵੀਰ ਨੇ, ਸਤਨਾਮ ਸਿੰਘ ਵਾੜਾ ਮੇਰੇ ਵੱਡੇ ਭਰਾ ਆ, ਉਹ ਦੋ ਨੌਜਵਾਨ ਆ ਜਿਨ੍ਹਾਂ ਦੀ ਹਿੰਮਤ ਨਾਲ ਇਹ ਸਾਰਾ ਕੁਛ ਹੋ ਰਿਹਾ। ਉਹ UK ਦੇ ਰਹਿਣ ਵਾਲੇ ਆ,
ਇਹ ਜਿਹੜਾ ਜੌਲ ਫਾਰਮਾ ਪਿੰਦੂ ਜੌਲ ਹੁਣਾਂ ਦਾ ਪਰਸ ਘਰ ਦੀ ਜ਼ਮੀਨ ਆ, ਉਹਨਾਂ ਨੇ ਸੋਸ਼ਲ ਕਾਰਜਾਂ ਲਈ ਦੇਖੋ ਆ ਸਾਰਾ ਕੁਛ ਹਾਲ ਕਿੱਡਾ ਵੱਡਾ ਸਾਰਾ ਕੁਛ ਇਹ ਬਣਾਇਆ ਹੋਇਆ। ਅਤੇ ਅੱਜ ਤੋਂ 12 ਸਾਲ ਪਹਿਲਾਂ ਇਹਨਾਂ ਨੇ ਖੂਨਦਾਨ ਕੈਂਪ, ਅੱਖਾਂ ਦੇ ਕੈਂਪ ਅਤੇ ਗਰੀਬ ਕੁੜੀਆਂ ਦੇ ਵਿਆਹ, ਬੱਚਿਆਂ ਦੇ, ਮੁੰਡੇ ਕੁੜੀਆਂ ਦੇ ਜਿਹੜੇ ਨਹੀਂ ਅਫੋਰਡ ਕਰਦੇ ਸੀ, ਉਹ ਕੰਮ ਸ਼ੁਰੂ ਕੀਤਾ ਸੀ। ਜਦੋਂ ਸੰਗਤਾਰ ਦਾ ਲਿਖਿਆ ਹੋਇਆ ਗੀਤ ਮੈਂ ਸੰਗਤਾਰ ਕਮਲ ਹੀਰ ਨੇ ਸੰਤ ਸੀਚੇਵਾਲ ਸਾਹਿਬ ਨਾਲ ਬਣਾਇਆ, ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਅਤੇ ਅਸੀਂ ਇੱਕ ਪਰਿਵਾਰ ਵਿੱਚ ਇਕੱਠੇ ਪਿੰਦੂ ਜੌਲ ਬਾੜਾ ਸਾਹਿਬ ਅਸੀਂ ਫੈਮਿਲੀ ਡਿਨਰ 'ਤੇ ਬੈਠੇ ਸੀ ਅਤੇ ਗਾਣੇ ਦਾ ਜ਼ਿਕਰ ਹੋਇਆ। ਉਹ ਕਹਿੰਦੇ ਯਾਰ ਧੀਆਂ ਬਚਾਓ, ਕਿੱਦਾਂ ਬਚਾ ਸਕਦੇ ਹਾਂ। ਮੈਂ ਕਿਹਾ ਬਚਾਉਣ ਦਾ ਤਾਂ ਇਹੀ ਆ ਵੀ ਆਪਾਂ ਉਤਸ਼ਾਹਿਤ ਕਰੀਏ ਸਮਾਜ ਨੂੰ ਕਿ ਧੀਆਂ ਇੱਕ ਅਨਿੱਖੜ ਮੰਗ ਆ, ਜਿੱਦਾਂ ਬੱਚੇ ਆ, ਬਸ ਪੁੱਤ ਧੀ ਦਾ ਕੋਈ ਫਰਕ ਨਹੀਂ ਹੈਗਾ। ਕਿ ਜਿਹੜੀ ਲੋਹੜੀ ਆ, ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਕਿ ਜਿਹੜੀ ਲੋਹੜੀ ਆ ਉਹ ਪੁੱਤਾਂ ਦੀ ਕਿਉਂ ਮਨਾਈ ਜਾਂਦੀ ਆ, ਨਵੇਂ ਜੀ ਦੀ ਮਨਾਈ ਜਾਵੇ, ਨਵੇਂ ਜੀ ਦੇ ਆਉਣ ਦੀ ਖੁਸ਼ੀ 'ਚ ਮਨਾਈ ਜਾਵੇ ਕੋਈ। ਉਹ ਕਹਿੰਦੇ ਚਲੋ ਆਪਾਂ ਇਹੀ ਕਰਦੇ ਹਾਂ, ਜਿਹੜੇ ਮੱਧ ਵਰਗੀ ਪਰਿਵਾਰ ਆ ਉਹਨਾਂ ਦੇ ਬੱਚੇ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਸਮਾਜ ਵਿੱਚ ਇੱਕ ਲੀਹ ਪਾਉਂਦੇ ਹਾਂ। ਸੋ ਇਸ ਚੀਜ਼ ਨੂੰ ਇੱਕ ਗੀਤ ਨੇ ਇੰਨਾ ਜ਼ਿਆਦਾ ਅਸਰ ਕਰ ਦਿੱਤਾ। ਅਤੇ ਮੈਂ ਤੁਹਾਨੂੰ ਗੱਲ ਇੱਥੇ ਘੁਮਾ ਕੇ ਲਿਆਉਣੀ ਸੀ ਕਿ ਫਰਕ ਪੈਂਦਾ ਕਿ ਨਹੀਂ ਪੈਂਦਾ, ਤੁਸੀਂ ਦੱਸੋ। ਇੱਕ ਪਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਸਮਾਜ ਦਾ ਇਸ ਇਹ ਪੱਖ ਦਿਖਾ ਰਹੇ ਹੋ, ਜਿੱਥੇ ਤੁਸੀਂ ਧੀਆਂ ਦੇ ਸਤਿਕਾਰ ਦੀ ਗੱਲ ਕੀਤੀ ਹੈ, ਇਸ ਗੀਤ ਨੇ ਲੋਕਾਂ ਦੇ ਦਿਲਾਂ 'ਚ ਰਾਜ ਕੀਤਾ, ਧੀਆਂ ਦਾ ਸਤਿਕਾਰ ਹੋਇਆ ਵੀ ਹੈ, ਪਰ ਸਮਾਜ ਦੇ ਦੂਸਰੇ ਪੱਖ ਦੀ, ਸਿੱਕੇ ਦੇ ਦੂਸਰੇ ਪਹਿਲੂ ਦੀ ਗੱਲ ਕਰੀਏ ਤਾਂ ਜਿਹੜੇ ਕੁਕਰਮ ਹੋ ਰਹੇ ਨੇ, ਦੁਸ਼ਕਰਮ ਹੋ ਰਹੇ ਨੇ ਧੀਆਂ ਦੇ ਨਾਲ, ਚਾਹੇ ਕੱਲ੍ਹ ਦੇ ਫੈਸਲੇ ਤੋਂ ਬਾਅਦ ਨਿਰਭਿਆ ਨੂੰ 7 ਸਾਲ ਬਾਅਦ ਇਨਸਾਫ ਜ਼ਰੂਰ ਮਿਲਿਆ, ਅਤੇ ਇਸ ਵਾਰ ਲੋਹੜੀ ਮਨਾਉਣ ਦੇ ਲਈ ਹੋਰ ਉਤਸ਼ਾਹ ਮਿਲਿਆ ਲੋਕਾਂ ਦੇ ਕਿ ਇਨਸਾਫ ਇੱਕ ਨਾ ਇੱਕ ਦਿਨ ਮਿਲਦਾ ਜ਼ਰੂਰ ਹੈ, ਚਾਹੇ ਦੇਰ ਦੇ ਨਾਲ ਮਿਲੇ। ਪਰ ਇਹ ਜਿਹੜੀਆਂ ਬੁਰਾਈਆਂ ਨੇ, ਇਹ ਜਿਹੜੀਆਂ ਦੁਸ਼ਕਰਮ ਨੇ, ਇਹਨਾਂ ਦੇ ਠੱਲ ਕਿਵੇਂ ਪਏ? ਇਹ ਨਾ ਪਹਿਲਾਂ ਤਾਂ ਮੈਂ ਨਿਰਭਇਆ ਕਾਂਡ ਦੀ ਗੱਲ ਕਰੂੰਗਾ। ਬਹੁਤ ਚੰਗੀ ਗੱਲ ਹੋਈ ਆ, ਇੱਕ ਸਬਕ ਮਿਲਿਆ ਆ, ਇਹ ਜਿਹੜਾ ਫੈਸਲਾ ਆ ਬਹੁਤ ਵਧੀਆ ਹੋਇਆ। ਪਰ ਇੱਕ ਮੈਂ ਕਹਿੰਦਾ ਜਿਹੜਾ ਤਰਾਸਦੀ ਇਹ ਆ ਕਿ ਅੱਜ ਦੀ ਅਖਬਾਰ ਵਿੱਚ ਸਵੇਰੇ ਮੈਂ ਖਬਰ ਪੜ੍ਹ ਕੇ ਆਇਆ ਕਿ ਵਿਕਟਮ ਕੁੜੀ ਆ, ਉਹ ਦਰ ਦਰ ਦੀਆਂ ਠੋਕਰਾਂ ਸਾਰੇ ਪੁਲਿਸ ਦੀਆਂ, ਸਾਰੇ ਕੋਰਟ ਦੀਆਂ ਖਾ ਕੇ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ, ਉਹਨੇ ਅੱਗ ਲਗਾ ਕੇ ਸੁਸਾਈਡ ਕਰ ਲਿਆ ਹੈ ਨਾ। ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਇੱਕ ਲਾਈਨਾਂ ਸੀ ਕਿ ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਨੀਆਂ ਤੈਨੂੰ ਬਾਦਸ਼ਾਹ ਨੂੰ ਕਹਿਣ। ਲੱਖਾਂ ਨਿਰਭਇਆ ਆ, ਉਹ ਇੱਕ ਇੰਟਰਨੈਸ਼ਨਲ ਕੇਸ ਬਣ ਗਿਆ, ਉਹਨੂੰ ਸਜ਼ਾ ਮਿਲ ਗਈ, ਉਹਨੂੰ ਵੀ ਹਾਈਲਾਈਟ ਤੁਸੀਂ ਵੀ ਕਰ ਦਿੱਤਾ, ਮੈਂ ਵੀ ਕਹਿੰਦਾ ਹਾਂ, ਸਾਰੇ ਮੇਨ ਸਟ੍ਰੀਮ ਮੀਡੀਆ ਨੇ ਕਰ ਦਿੱਤਾ। ਪਰ ਜਿਹੜਾ ਰੋਜ਼ ਮਰਾ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਕੁੜੀਆਂ ਨਾਲ ਸਾਰਾ ਕੁਛ ਹੋ ਰਿਹਾ, ਉਹਨਾਂ ਨਾਲ ਕੋਈ ਜ਼ਿਕਰ ਵੀ ਨਹੀਂ ਹੋ ਰਿਹਾ ਕਿਤੇ, ਹੈ ਨਾ। ਕੱਲ੍ਹ ਪਰਸੋਂ ਹੀ ਸੀ ਇੱਕ ਖਬਰ ਕਿ ਇੱਕ 17 ਸਾਲ ਦੀ ਕੁੜੀ ਦੀ ਪਿੰਡ 'ਚ ਬੋਲੀ ਲੱਗ ਰਹੀ ਆ, ਅਤੇ ਮੈਂ ਭਾਵਕ ਹੋ ਜਾਂਦਾ ਇੱਦਾਂ ਦੀ ਗੱਲ ਕਰਕੇ। 20 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਦੇ ਬੰਦੇ ਉਹਦੀ ਬੋਲੀ ਲਾ ਰਹੇ ਆ ਉਹਨੂੰ ਖਰੀਦਣ ਲਈ, ਹੈ ਨਾ। ਇਹ ਸਾਡੇ ਸਿਸਟਮ ਵਿੱਚ ਗਿਰਾਵਟ ਆ, ਅਤੇ ਜਿਹੜੀ ਸਾਡੀ ਸਰਕਾਰਾਂ ਆ ਉਹਨਾਂ ਨੂੰ ਬਹੁਤ ਸੁਹਿਰਦ ਹੋਣ ਦੀ ਲੋੜ ਆ। ਸਿਰਫ ਵੋਟਾਂ ਦੀ ਰਾਜਨੀਤੀ ਨੂੰ ਛੱਡ ਕੇ ਜਦੋਂ ਪਰਮਾਤਮਾ ਕੋਈ ਤਾਕਤ ਦਿੰਦਾ ਤਾਂ ਉਹਨੂੰ ਕਿਸੇ ਚੰਗੇ ਕੰਮ ਲਈ ਵਰਤੋ। ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਹਾਨੂੰ ਰੱਬ ਨੇ ਏਡੀ ਵੱਡੀ ਕੁਰਸੀ ਦਿੱਤੀ ਆ, ਕੋਈ ਪੁੰਨ ਖੱਟ ਜਾਓ, ਕੋਈ ਚੰਗਾ ਕੰਮ ਕਰੋ। ਮੈਂ ਜੇ ਆਪਣੇ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਾਂ, ਮੇਰੇ ਕੋਲ ਹਰ ਰੋਜ਼ ਦੀ ਇੱਕ ਅਜਿਹੀ ਖਬਰ ਹੈ ਜਿੱਥੇ ਇੱਕ ਧੀ ਰੋ ਰਹੀ ਹੈ, ਕੁਰਲਾ ਰਹੀ ਹੈ ਕਿ ਜਾਂ ਤਾਂ ਮੈਨੂੰ ਸਹੁਰਾ ਪਰਿਵਾਰ ਪਰੇਸ਼ਾਨ ਕਰ ਰਿਹਾ ਜਾਂ ਮੈਨੂੰ ਪੇਕਾ ਪਰਿਵਾਰ ਪਰੇਸ਼ਾਨ ਕਰ ਰਿਹਾ ਹੈ। ਕੁਝ ਧੀਆਂ ਪਿਛਲੇ ਦਿਨਾਂ 'ਚ ਅਜਿਹੀਆਂ ਮਿਲੀਆਂ ਨੇ, ਕਹਿੰਦੇ ਕਿ ਸਾਨੂੰ ਜਿਸਮ ਫਰੋਸ਼ੀ ਦਾ ਧੰਦਾ ਕਰਨ ਦੇ ਲਈ ਸਾਡਾ ਆਪਣਾ ਹੀ ਪਰਿਵਾਰ ਮਜਬੂਰ ਕਰ ਰਿਹਾ। ਬਹੁਤ ਕੁਛ ਗਲਤ ਹੋ ਰਿਹਾ। ਮੈਂ ਜਿੱਦਾਂ ਇਹਦੇ ਕਾਰਨ ਤਾਂ ਹਜ਼ਾਰਾਂ ਹੀ ਨੇ, ਹੈ ਨਾ। ਇੱਕ ਤਾਂ ਸਾਡੇ ਖੂਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਕਹਿਣਾ ਪਿਆ, ਹੈ ਨਾ, ਵੀ ਸੋ ਕਿਉਂ ਮੰਦਾ ਆਖੀਏ। ਉਹਨਾਂ ਨੇ ਰੋਏ ਹੋਣਗੇ, ਉਹਨਾਂ ਨੇ ਦੇਖਿਆ ਹੋਏਗਾ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ। ਪਰ ਮੈਂ ਇੱਦਾਂ ਗੱਲ ਕਹਿੰਦਾ ਹੁੰਦਾ ਕਿ ਅਸੀਂ ਨਸ਼ਿਆਂ ਦੇ ਵਿਰੁੱਧ, ਮੈਂ ਕਮਲਹੀਰ ਸੰਗਤਾਰ ਬਹੁਤ ਜ਼ੋਰਦਾਰ ਆਵਾਜ਼ ਉਠਾਉਂਦੇ ਹਾਂ, ਪਰ ਮੈਂ ਡੇਲੀ ਪੋਸਟ ਦੇ
ਪਲੇਟਫਾਰਮ ਤੇ ਇਹ ਗੱਲ ਸਾਰਿਆਂ ਦੇ ਸਾਹਮਣੇ ਕਹਿੰਦਾ, ਤੁਹਾਨੂੰ ਕਰੋੜਾਂ ਲੋਕ ਦੇਖਦੇ ਆ ਕਿ ਅਸੀਂ ਤਿੰਨੋਂ ਭਰਾ ਕੋਈ ਨਸ਼ਾ ਨਹੀਂ ਕਰਦੇ। ਨਸ਼ਾ ਕਰਕੇ ਛੱਡਿਆ ਨਹੀਂ, ਇੱਦਾਂ ਨਹੀਂ ਕਿ ਪਹਿਲਾਂ ਕੀਤਾ ਬਹੁਤ ਫਿਰ ਛੱਡਤੀ, ਟੇਸਟ ਹੀ ਨਹੀਂ ਕੀਤਾ ਕੋਈ ਵੀ ਨਸ਼ਾ ਕਿਸੇ ਵੀ ਤਰ੍ਹਾਂ। ਜੋੜ ਕੇ ਧੰਨਵਾਦ ਕਰਾਂਗੇ, ਇੰਡਸਟਰੀ 'ਚ ਬਹੁਤ ਗਿਣੇ ਚੁਣੇ ਲੋਕ ਰਹਿ ਗਏ ਨੇ ਤੁਹਾਡੇ। ਫਿਰ ਮੈਂ ਇਹ ਵੀ ਕਹੂੰਗਾ ਕਿ ਜੇ ਹੁਣ ਧੀਆਂ ਲਈ ਕਰਦੇ ਹਾਂ, ਪਹਿਲਾਂ ਆਪਣੇ ਘਰ ਵਿੱਚ ਮੈਂ ਆਪਣੀ ਘਰਵਾਲੀ ਦਾ ਸਤਿਕਾਰ ਕਰਾਂ, ਉਹਨੂੰ ਵੀ ਮੇਰੇ ਜਿੰਨੇ ਹੀ ਹੱਕ ਹਕੂਕ ਹੋਣ ਘਰ ਦੇ ਵਿੱਚ, ਮੇਰੀ ਘਰਵਾਲੀ ਨੂੰ, ਮੇਰੀਆਂ ਭੈਣਾਂ ਦਾ ਸਤਿਕਾਰ ਉਨਾ ਹੀ ਹੋਵੇ ਜਿੰਨਾ ਸੰਗਤਾਰ ਦਾ ਹੋ ਰਿਹਾ, ਮੇਰੀ ਵੱਡੀ ਭੈਣ ਨੂੰ ਵੀ ਉਹੀ ਮਾਣ ਸਤਿਕਾਰ ਉਹ ਤੋਂ ਵੱਧ ਮਿਲਦਾ ਹੋਵੇ ਕਿਉਂਕਿ ਉਹ ਵੱਡੀ ਆ ਭੈਣ ਮੇਰੀ, ਮੇਰੀ ਮਾਂ ਦਾ ਸਤਿਕਾਰ ਹੋਵੇ, ਹੈ ਨਾ। ਅਤੇ ਮੇਰੀ ਜਿਹੜੀ ਮੇਰਾ ਬੇਟਾ ਤਾਂ ਬੇਟੀ ਆ, ਜੇ ਮੈਂ ਆਪਣੀ ਬੇਟੀ ਤਾਂ ਬੇਟੇ ਦੇ ਵਿੱਚ ਫਰਕ ਕਰਦਾ, ਕੋਈ ਛੋਟੀ ਜਿਹੀ ਗੱਲ ਦਾ ਵੀ ਫਰਕ ਕਰਦਾ ਤਾਂ ਉਹ ਅਸਰ ਪਏਗਾ। ਮੈਂ ਇੱਕ ਬੇਨਤੀ ਕਰਦਾ ਇਸ ਲੋਹੜੀ 'ਤੇ, ਮੈਂ ਸਾਰੇ ਮੀਡੀਆ 'ਚ ਜਿੰਨੇ ਵੀ ਇੰਟਰਵਿਊਜ਼ ਕੀਤੀ ਇਸ ਗੱਲ 'ਤੇ ਮੈਂ ਜ਼ੋਰ ਦਿੱਤਾ, ਤੁਸੀਂ ਤੁਹਾਡਾ ਪਲੇਟਫਾਰਮ ਬਹੁਤ ਵੱਡਾ ਆ, ਤੁਸੀਂ ਆਪਣੇ ਤੌਰ, ਤੁਸੀਂ ਇੱਕ ਔਰਤ ਵੀ ਆ, ਇੱਕ ਬੇਟੀ ਵੀ ਆ, ਹੈ ਨਾ, ਕਿ ਆਪਾਂ ਘਰ ਤੋਂ ਸ਼ੁਰੂ ਕਰੀਏ, ਆਪਾਂ ਛੱਡੀਏ ਸਮਾਜ ਨੂੰ। ਸਮਾਜ ਕਾਹਦੇ ਨਾਲ ਬਣਦਾ? ਘਰ ਦੀ ਇਕਾਈ ਨਾਲ ਹੀ ਬਣਦਾ। ਜਦੋਂ ਮੇਰਾ ਬੇਟਾ ਦੇਖੂਗਾ ਕਿ ਮੈਂ ਆਪਣੀ ਵਾਈਫ ਨਾਲ ਕਿਸ ਤਰ੍ਹਾਂ ਬਿਹੇਵ ਕਰਦਾ, ਮੈਂ ਉਹਨੂੰ ਗਾਲ ਕੱਢ ਕੇ ਗੱਲ ਕਰਦਾ, ਮੈਂ ਭਾਂਡੇ 'ਚ ਲੱਤ ਮਾਰਦਾ, ਮੈਂ ਉਹਨੂੰ 2 ਵਜੇ ਗਾਲਾਂ ਕੱਢਦਾ ਸ਼ਰਾਬੀ ਹੋ ਕੇ, ਹੈ ਨਾ, ਮੇਰੇ ਫਰੈਂਡ ਆਇਆ ਉੱਠ 'ਚ ਚਲਾ ਕੇ ਗਰਮ ਕਰ। ਮੈਂ ਇੱਦਾਂ ਦਾ ਵੀ ਇੱਕ ਪਰਿਵਾਰ ਵੇਖਿਆ, ਉਹ ਸ਼ਰਾਬ ਪੀ ਜਾਂਦੇ ਆ, ਰੋਟੀ ਪਾ ਕੇ ਵਿਚਾਰੀ ਨੇ ਬੜੀ ਲੇਟ ਦਿੱਤੀ, ਮੈਂ ਵੀ ਉਸ ਡਿਨਰ 'ਚ ਬੈਠਾ ਸੀਗਾ, ਮੇਰਾ ਦਿਲ ਬਹੁਤ ਰੋਇਆ, ਮੈਂ ਉੱਠ ਕੇ ਉਸੇ ਵੇਲੇ ਆ ਗਿਆ ਅਤੇ ਉਹਨੇ ਰੋਟੀ ਜਦੋਂ ਦਿੱਤੀ ਉਹ ਗੱਲਾਂ ਫੇਰ ਕਰੀ ਗਏ ਅਤੇ ਆਪਣੇ ਜੂਠੇ ਜੋ ਵੀ ਹੋਏਗਾ, ਮੀਟ ਹੋਏਗਾ, ਦਾਲ ਹੋਏਗੀ, ਮੈਨੂੰ ਯਾਦ ਨਹੀਂ ਜੋ ਵੀ ਹੈਗਾ, ਆਪਣੀ ਜੂਠੀ ਨੂੰ ਉਹਨੂੰ ਫਿਰ ਬਹੁਤ ਰੁੱਖਾ ਦਬਕਾ ਮਾਰ ਕੇ ਕਿਹਾ, ਕਹਿੰਦਾ ਇਹਨੂੰ ਫਿਰ ਦੁਬਾਰਾ ਗਰਮ ਕਰਕੇ ਲਿਆ, ਠੰਡਾ ਹੋ ਗਿਆ, ਖਾਂਦੇ ਨੇ ਟੇਬਲ ਤੋਂ ਜਿਹੜਾ ਕੌਲੀ 'ਚ ਪਾਇਆ ਸੀ। ਅਤੇ ਜਦੋਂ ਸਾਡੇ ਘਰ ਵਿੱਚ ਇਹ ਅਸੂਲ ਵਾ, ਜੇ ਮੇਰੇ ਬੱਚੇ ਵੀ ਆ, ਮੈਂ ਵੀ ਹਾਂ, ਜਦੋਂ ਅਸੀਂ ਰੋਟੀ ਖਾ ਲੈਂਦੇ ਆਪਣੇ ਭਾਂਡੇ ਆਪ ਸਿੰਕ ਵਿੱਚ ਰੱਖ ਕੇ ਜਾਣਾ, ਜਦੋਂ ਸਿੰਕ ਵਿੱਚੋਂ ਘਾਂਡੇ ਡਿਸ਼ਵਾਸ਼ਰ 'ਚ ਰੱਖਣੇ ਆ, ਕਿਸੇ ਦੀ ਡਿਊਟੀ ਨਹੀਂ ਹੈਗੀ, ਜਿਹੜਾ ਵਿਹਲਾ ਆ ਉਹ ਰੱਖ ਦਿੰਦਾ ਆ। ਅਤੇ ਜੇ ਆਪਾਂ ਘਰ ਤੋਂ ਸ਼ੁਰੂ ਕਰੀਏ, ਮੈਂ ਇਹ ਜਿੱਦਾਂ ਮੈਂ ਨਸ਼ਿਆਂ ਦੀ ਗੱਲ ਕਰਦਾ ਕਿ ਨਸ਼ੇ ਨਹੀਂ ਕਰਦੇ, ਮੈਂ ਸਤਿਕਾਰ ਪਹਿਲਾਂ ਆਪਣੇ ਘਰ ਵਿੱਚ ਕਰਾਂ। ਜੇ ਸਾਡੇ ਇੱਦਾਂ ਦੀਆਂ ਗੱਲਾਂ ਰੋਜ਼ ਖਬਰਾਂ ਲੱਗੀ ਜਾਣ ਕਿ ਮੈਂ ਜੀ ਫਲਾਨੇ ਨਾਲ ਐ ਅਫੇਅਰ ਸੀਗਾ, ਫਲਾਨੇ ਥਾਂ ਵਾਰਸ ਇੱਦਾਂ ਸੀ, ਇੱਦਾਂ ਸੀ, ਮੈਂ ਚੰਗਾ ਨਹੀਂ ਲੱਗਦਾ ਧੀਆਂ ਦਾ ਹੋਕਾ ਦਿੰਦਾ, ਹੈ ਨਾ। ਸੋ ਮੈਂ ਹਰੇਕ ਪਰਿਵਾਰ ਨੂੰ ਬੇਨਤੀ ਕਰਦਾ, ਆਪਣਾ ਮੁੰਡਿਆਂ ਨੂੰ ਇਸ ਤਰੀਕੇ ਨਾਲ ਪਾਲੀਏ, ਉਹਨਾਂ ਦੇ ਦਿਲੋਂ ਦਿਮਾਗ ਵਿੱਚ ਔਰਤ ਜ਼ਾਤ ਦੀ ਇੱਜ਼ਤ ਕਰਨਾ ਸਿਖਾਲੀਏ, ਆਪਣੇ ਘਰ ਤੋਂ ਸ਼ੁਰੂ ਕਰੋ। ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਮੇਰੀ ਮਾਂ ਦੀ ਇੱਜ਼ਤ ਕਿੱਦਾਂ ਹੁੰਦੀ ਆ, ਮੇਰੀ ਭੈਣ ਦੀ ਇੱਜ਼ਤ ਕਿੱਦਾਂ ਹੁੰਦੀ ਆ, ਤਾਂ ਉਹ ਬਾਹਰ ਜਾ ਕੇ ਉਹਨੂੰ ਉਹ ਚੀਜ਼ ਸੋਚੂਗਾ। ਉਹਨੂੰ ਜਦੋਂ ਪਤਾ ਆ ਵੀ ਜਿੱਦਾਂ ਮੇਰਾ ਪੇ ਕਰਦਾ, ਜਿੱਦਾਂ ਮੇਰੀ ਭੈਣ ਨਾਲ ਹੁੰਦਾ, ਇਹ ਇੱਦਾਂ ਹੀ ਆ, ਇੱਦਾਂ ਹੀ ਕਰੀਦਾ ਹੁੰਦਾ। ਸੋ ਸ਼ੁਰੂਆਤ ਇੱਦਾਂ, ਪਰ ਤਾਣਾ ਵਿਗੜਿਆ ਆ ਬਹੁਤ ਜ਼ਿਆਦਾ ਆ। ਮੈਂ ਤਾਂ ਹੁਣ ਇਹ ਦੇਖਣ ਲੱਗ ਪਿਆ ਕਿ ਕਈ ਵਾਰੀ ਇੱਦਾਂ ਦੀਆਂ ਖਬਰਾਂ ਆਉਣੀਆਂ ਕਿ ਇਕੱਲੀ ਛੇੜਛਾੜ ਜਾਂ ਵੀ, ਜਾਣੀ ਕਿ ਨਾ ਉਹ ਇੰਨਾ ਘਨਾਉਣਾ, ਉਹਨੂੰ ਜਿਉਂਦੀ ਚੀਜ਼ ਹੀ ਨਹੀਂ ਸਮਝਿਆ ਜਾ ਰਿਹਾ ਕਈ ਥਾਂ ਤਾਂ, ਬਹੁਤ ਗਲਤ ਹੋ ਰਿਹਾ। ਪਰ ਇੱਦਾਂ ਫਿਰ ਸਾਡਾ ਭਰਾਵਾਂ ਦਾ, ਤਿੰਨਾਂ ਦਾ ਇਹੀ ਆ, ਹੁਣ ਜਿੱਦਾਂ ਜੋ ਕੁਛ ਅਸੀਂ ਗਾ ਰਹੇ ਹਾਂ, ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜੇ ਅਸੀਂ ਥੋੜ੍ਹਾ ਬਹੁਤਾ ਵੀ ਕਿਸੇ ਦੇ ਮਨ ਵਿੱਚ ਪਾ ਸਕਦੇ ਹਾਂ ਤਾਂ ਕਿਆ ਇਹ ਬਾਤਾਂ, ਹੈ ਨਾ, ਖੁਸ਼ੀ ਸਾਨੂੰ ਹੋਊਗੀ। ਪਰ ਜੇ ਥੋੜ੍ਹਾ ਨਾ ਵੀ ਅਸਰ ਹੋਵੇ ਤਾਂ ਇੰਨਾ ਤਾਂ ਹੈ ਕਿ ਜੇ ਰੱਬ ਨੇ ਸਾਨੂੰ ਆਵਾਜ਼ ਦਿੱਤੀ, ਅਸੀਂ ਗਲਤ ਮੈਸੇਜ ਤਾਂ ਨਾ ਦੇਈਏ, ਅਸੀਂ ਸਹੀ ਮੈਸੇਜ ਤਾਂ ਦੇ ਹੀ ਰਹੇ ਹਾਂ, ਹੈ ਨਾ। ਜਿੰਨੀ ਵਾਰ ਵੀ ਤੁਹਾਨੂੰ ਮਿਲਿਆ ਇੱਕ ਚੰਗਾ ਸੁਨੇਹਾ ਹੀ ਲੈ ਕੇ ਗਏ ਹਾਂ, ਅਤੇ ਅੱਜ ਵੀ ਬੜਾ ਸੋਹਣਾ ਸੁਨੇਹਾ ਲੈ ਕੇ ਜਾ ਰਹੇ ਹਾਂ। ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਅਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਮੁਬਾਰਕਾਂ, ਡੇਲੀ ਪੋਸਟ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਇਸ ਲੋਹੜੀ 'ਤੇ ਮੇਰੀ ਸਾਰੇ ਸਮਾਜ ਨੂੰ, ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਬੇਨਤੀ ਹੈ, ਆਪਾਂ ਮੁੰਡਿਆਂ ਦੀ ਲੋਹੜੀ ਨਹੀਂ, ਨਾ ਧੀਆਂ ਦੀ ਲੋਹੜੀ, ਧੀਆਂ ਦੀ ਲੋਹੜੀ ਸਾਨੂੰ ਜਾਣ ਕੇ ਇਸ ਕਰਕੇ ਪਾਣੀ ਪੈ ਰਹੀ ਹੈ ਕਿਉਂਕਿ ਪੈ ਨਹੀਂ ਰਹੀ ਕਿਤੇ ਵੀ, ਹੈ ਨਾ। ਅਤੇ ਪਰ ਆਪਣੇ ਪਰਿਵਾਰ ਵਿੱਚ ਨਵੇਂ ਆਏ ਜੀ ਦੀ ਲੋਹੜੀ ਪਾਓ, ਮੁੰਡੇ ਕੁੜੀ ਦਾ ਫਰਕ ਛੱਡ ਕੇ, ਜਿਹੜਾ ਨਵਾਂ ਜੀ ਪਰਮਾਤਮਾ ਵੱਲੋਂ ਇਸ ਦੁਨੀਆ ਵਿੱਚ ਆਉਂਦਾ ਉਹਨੂੰ ਵੈਲਕਮ ਬਾਹਾਂ ਉਲਾਰ ਕੇ ਦੇਖੋ। ਪਤਾ ਨਹੀਂ ਕੌਣ ਕੀ ਆਪਣੀ ਕਿਸਮਤ ਵਿੱਚ ਲਿਖਾ ਕੇ ਲਿਆਇਆ।
ਬਹੁਤ ਬਹੁਤ ਖੂਬਸੂਰਤ ਸੁਨੇਹੇ, ਸਿਰਫ ਸੁਣਿਆ ਨਾ ਕਰੋ, ਇਹਨਾਂ ਤੇ ਅਮਲ ਵੀ ਕਰਿਆ ਕਰੋ। ਜਿਸ ਤਰ੍ਹਾਂ ਵਾਰਿਸ ਜੀ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਕਿੰਨੇ ਰੋਏ ਹੋਣੇ ਆ ਲਿਖਣ ਵੇਲੇ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਉਸਨੂੰ ਮੰਦਾ ਕਿਉਂ ਆਖਣਾ, ਉਸ ਨਾਲ ਮੰਦਾ ਕਿਉਂ ਕਰਨਾ। ਬਹੁਤ ਸ਼ੁਕਰਾਨਾ ਕਰਾਂਗੇ ਇਹਨਾਂ ਦਾ ਇੰਨੇ ਖੂਬਸੂਰਤ ਸੁਨੇਹੇ ਦੇਣ ਦੇ ਲਈ।